ਅੱਜ ਮੈਂ ਜਿਹੜੇ ਵੀ ਘੱਗਰ ਦੀ ਮਾਰ ਹੇਠ ਏਰੀਏ ਸੀ, ਸਨੌਰ, ਘਨੌਰ, ਸ਼ਕਰਾਣਾ ਤੇ ਮੂਣਕ ਦਾ ਏਰੀਆ, ਉਹਦੇ ਵਿਜਿਟ ਕਰਨ ਆਇਆ ਸੀ। ਕਿਉਂਕਿ ਕੱਲ੍ਹ ਨੂੰ ਭਾਰਤ ਸਰਕਾਰ ਦੇ ਜਿਹੜੇ ਜਲ ਸ਼ਕਤੀ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਰਖਾਈ ਆ, ਔਰ ਉਸ ਮੀਟਿੰਗ ਦੇ ਵਿੱਚ ਘੱਗਰ ਦੇ ਸਥਾਈ ਹੱਲ ਲੱਭ ਕੇ ਤਾਂ ਕਿ ਇਸ ਮਾਰ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ, ਔਰ ਪਾਣੀ ਜਿਹੜਾ ਬਚਾ ਰੋਕਿਆ ਜਾਵੇ ਉਹਨੂੰ ਸਿੰਚਾਈ ਵੀ ਵਰਤਿਆ ਜਾਵੇ। ਕਿਉਂਕਿ ਅੱਜ ਦੇਸ਼ ਦੇ ਵਿੱਚ ਮੋਦੀ ਸਾਹਿਬ ਨੇ ਸਭ ਤੋਂ ਵੱਧ ਪ੍ਰਾਥਮਿਕਤਾ ਪਾਣੀ ਨੂੰ ਦਿੱਤੀ ਆ, ਪਾਣੀ ਦਾ ਸੰਕਟ ਹੱਲ ਕਰਨ ਲਈ ਦਿੱਤੀ ਆ, ਅਤੇ ਉਹਦਾ ਅਸੀਂ ਲਾਹਾ ਲੈਣਾ ਚਾਹੁੰਦੇ ਹਾਂ। ਮੈਨੂੰ ਅਫਸੋਸ ਆ ਕਿ 2009 ਦੇ ਵਿੱਚ ਅਸੀਂ ਘੱਗਰ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ, ਬਾਦਲ ਸਾਹਿਬ ਤੋਂ ਨੀਂਹ ਪੱਥਰ ਰਖਾਇਆ ਸੀ ਇੱਥੇ ਖਨੌਰੀ, ਔਰ 2 ਮਹੀਨਿਆਂ ਦੇ ਵਿੱਚ ਅਸੀਂ 20 ਕਿਲੋਮੀਟਰ ਦਾ ਏਰੀਆ 2 ਮਹੀਨਿਆਂ 'ਚ ਕੰਪਲੀਟ ਕਰਤਾ ਸੀ। ਜਦੋਂ ਸੈਕਿੰਡ ਫੇਜ਼ ਸ਼ੁਰੂ ਕਰਨ ਲੱਗੇ ਉਦੋਂ ਹਰਿਆਣਾ ਸਰਕਾਰ ਨੇ ਸਟੇਅ ਲੈ ਲਈ, ਔਰ ਸਟੇਅ ਲੈਣ ਦਾ ਨਾ ਕੋਈ ਤਕਨੀਕੀ ਕਾਰਨ ਸੀ, ਨਾ ਕੋਈ ਲੋਜੀਕਲ ਗੱਲ ਸੀ, ਕਿਸੇ ਤਰ੍ਹਾਂ ਦੀ ਵੀ ਗੱਲ ਜਾਇਜ਼ ਨਹੀਂ ਸੀ। ਸਿਰਫ ਇੱਕ ਦਬਾਅ ਪਾਉਣ ਲਈ, ਇੱਕ ਪ੍ਰੈਸ਼ਰ ਟੈਕਟਿਕਸ ਦੇ ਤੌਰ 'ਤੇ ਵੀ ਹਾਂਸੀ ਪਟਾਣਾ ਨਹਿਰ ਅਸੀਂ ਕੰਪਲੀਟ ਕਰਾ ਲਈਏ, ਉਹ ਲੈ ਲਈ ਸਟੇਅ ਲੈ ਲਈ। ਪੰਜਾਬ ਨੇ ਉਦੋਂ ਬੜੀ ਜ਼ੋਰ ਲਾਇਆ ਪਰ ਸਟੇਅ ਤੋੜੀ ਨਾ ਸੀ WC ਨੇ, ਮੁੜ ਕੇ ਕਿਸੇ ਨੇ ਪੈਰਵਾਈ ਨਾ ਕੀਤੀ, ਅਤੇ ਅੱਜ 1000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਇਸ ਏਰੀਏ ਦਾ ਹੋਇਆ, ਘਰ ਟਹਿ ਗਏ, ਫਸਲਾਂ ਤਬਾਹ ਹੋਈਆਂ ਪਈਆਂ ਨੇ, ਔਰ ਪਸ਼ੂ ਮਰ ਗਏ, ਚਾਰਾ ਕੋਈ ਹੈ ਨਹੀਂ, ਬਿਮਾਰੀ ਫੈਲ ਗਈ, ਹਾਹਾਕਾਰ ਮਚੀ ਹੋਈ ਆ। ਔਰ ਦੁੱਖ ਇਸ ਗੱਲ ਦਾ ਕਿ ਪ੍ਰਸ਼ਾਸਨ ਵੱਲੋਂ ਕੋਈ ਮਾੜੀ ਮੋਟੀ ਵੀ ਮਦਦ ਨਹੀਂ ਦਿੱਤੀ ਜਾ ਰਹੀ। ਜਦੋਂ ਸਾਡੇ ਵੇਲੇ ਇਸ ਤਰ੍ਹਾਂ ਦੀ ਤਬਾਹੀ ਮਚੀ ਸੀ, ਮਤਲਬ ਹਜ਼ਾਰਾਂ ਟਰਾਲੀਆਂ ਚਾਰੇ ਦੀਆਂ ਇੱਥੇ ਲਿਆਉਂਦੀਆਂ ਸੀ, ਰਾਸ਼ਨ ਦੇ ਟਰੱਕ ਲਿਆਉਂਦੇ ਸੀ, ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਕੇ ਸਰਕਾਰ ਵੱਲੋਂ ਵੀ ਕੋਸ਼ਿਸ਼ ਹੋਈ ਸੀ, ਪਰ ਪੰਜਾਬ ਸਰਕਾਰ ਤਾਂ ਸੁੱਤੀ ਪਈ ਆ। ਕੈਪਟਨ ਅਮਰਿੰਦਰ ਸਿੰਘ ਦੇ ਦਾਦਕੇ ਵੀ ਨਾਨਕੇ ਵੀ ਹੜ੍ਹ ਨਾਲ ਹੜ੍ਹ ਗਏ, ਅਤੇ ਆਪ 10 ਦਿਨਾਂ ਬਾਅਦ ਉਹ ਵੀ ਹਵਾਈ ਸਰਵੇਖਣ ਕਰਕੇ ਲੀਕਪਾ ਪੋਚੀ ਕਰਕੇ ਚਲੇ ਗਏ। ਮੈਂ ਹੁਣ ਜਾ ਕੇ ਆਇਆ, ਜਿੰਨੇ ਵੀ ਪੀੜਤ ਲੋਕਾਂ ਨੂੰ ਮਿਲਿਆ ਹੁਣ ਇੱਥੇ ਵੀ ਮਿਲਿਆ, 5 ਰੁਪਏ ਦੀ ਮਦਦ ਵੀ ਅਜੇ ਕਿਸੇ ਪ੍ਰਭਾਵਿਤ ਪਰਿਵਾਰ ਨੂੰ ਨਹੀਂ ਹੋਈ। 5 ਰੁਪਏ ਦਾ ਫਾਇਦਾ ਕਿਸੇ ਲੋਕਾਂ ਨੂੰ ਜਿਨ੍ਹਾਂ ਨੇ ਅੱਗੇ ਨੂੰ ਝੋਨੇ ਲਾਉਣੇ ਨੇ, ਜਿਨ੍ਹਾਂ ਦੇ ਪਸ਼ੂਆਂ ਲਈ ਚਾਰਾ ਹੈ ਨਹੀਂ, ਬਿਮਾਰੀ ਫੈਲੀ ਪਈ ਆ, ਕੋਈ ਪ੍ਰਬੰਧ ਹੀ ਹੈ ਨਹੀਂ ਸਰਕਾਰ ਵੱਲੋਂ, ਪ੍ਰਸ਼ਾਸਨ ਸੁੱਤਾ ਪਿਆ ਅਤੇ ਮੁੱਖ ਮੰਤਰੀ ਸਾਹਿਬ ਗੇੜਾ ਮਾਰ ਕੇ ਲੰਘਦੇ ਹੋਏ। ਅਤੇ ਕੱਲ੍ਹ ਨੂੰ ਅਸੀਂ ਜਿਹੜੀ ਮੀਟਿੰਗ ਰੱਖੀ ਆ ਉਹਦੇ 'ਚ ਘੱਗਰ ਨੂੰ ਚੈਨਲਾਈਜ਼ ਕਰਨ ਦਾ ਸਥਾਈ ਹੱਲ ਲੱਭਣ ਦੇ ਉੱਥੇ CWC ਦੇ ਅਧਿਕਾਰੀ ਵੀ ਬੁਲਾਏ ਆ, ਜਲ ਸਰੋਤ ਮੰਤਰਾਲੇ ਦਾ ਸਕੱਤਰ ਵੀ ਉਹ ਮੀਟਿੰਗ ਦੇ ਵਿੱਚ ਬੁਲਾਇਆ, ਮਾਂ ਜੋ ਮੰਤਰੀ ਸ਼ਖਾਵਤ ਸਾਹਿਬ ਨੇ, ਔਰ ਅਸੀਂ ਸਮਾਨ ਨਦੀ ਨੂੰ ਚੈਨਲਾਈਜ਼ ਕਰਨ ਦਾ ਜਾਂ ਪਠਾਨਕੋਟ ਤੋਂ ਲੈ ਕੇ ਮੋਹਾਲੀ ਅਨੰਦਪੁਰ ਸਾਹਿਬ ਤੱਕ, ਮੋਹਾਲੀ ਹੜ੍ਹ ਤੱਕ ਜਿੰਨੇ ਵੀ ਡੈਮ ਬਣੇ ਹੋਏ ਨੇ ਉਹਨਾਂ ਨੂੰ ਡੀਸਿਲਟਿੰਗ ਕਰਨ ਦਾ, ਔਰ ਇੱਕ ਦਸ਼ਮੇਸ਼ ਨਹਿਰ ਨੰਗਲ ਤੋਂ ਕੱਢਣ ਦਾ ਜਿਹੜਾ ਪ੍ਰੋਜੈਕਟ ਆ ਉਹ ਮਾਂ ਜੋ ਮੰਤਰੀ ਕੋਲ ਉਸ ਮੀਟਿੰਗ ਵਿੱਚ ਰੱਖਾਂਗੇ। ਔਰ ਮੰਗ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਘੱਟੋ ਘੱਟ 20-25 ਹਜ਼ਾਰ ਰੁਪਈਆ ਪਰ ਏਕੜ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇਣ ਦਾ ਪ੍ਰਬੰਧ ਕਰੇ। ਕੱਲ੍ਹ ਨੂੰ ਵੀ ਅਸੀਂ ਮੰਗ ਕਰਾਂਗੇ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਹੜ੍ਹਾਂ ਦੇ ਮਦਦ ਲਈ, ਜਿਹੜਾ ਨੁਕਸਾਨ ਹੋਇਆ ਭਾਰਤ ਸਰਕਾਰ ਵੀ ਕਰੇ। ਬੀਬੀ ਰਜਿੰਦਰ ਕੌਰ ਭੱਠਲ ਜੀ ਕਹਿੰਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦਾ ਦੌਰਾਨ ਅਕਾਲੀ ਦਲ ਨੇ ਕੁਛ ਨਹੀਂ ਕੀਤਾ, ਵੀ ਜਿਹੜਾ ਪਹਿਲਾਂ ਵੀ ਜਿਹੜਾ ਹੈਗਾ ਘੱਗਰ ਦਾ ਬੰਨ ਉਹ ਅਸੀਂ ਉਹ ਕੀਤਾ ਸੀਗਾ, ਅਜਿਹੇ ਰੁੱਖ ਜਿਹੜੇ ਹੈਗੇ ਲਗਾਏ ਜਾਂਦੇ। ਬੀਬੀ ਜੀ ਤਾਂ ਮੈਂ ਤਾਂ ਕਿਹਾ ਸੀ ਚੈਨਲ 'ਤੇ, ਬੀਬੀ ਜੀ ਨੂੰ ਇਹ ਨਹੀਂ ਪਤਾ ਵੀ ਇਲਾਕੇ ਦੇ ਲੋਕਾਂ ਨੂੰ ਤਾਂ ਸੱਚ ਗੱਲ ਦਾ ਪਤਾ ਹੁੰਦਾ, ਲੋਕਾਂ ਦੇ ਸਾਹਮਣੇ ਝੂਠ ਬੋਲੀ ਜਾਂਦੇ ਆ, ਪਤਾ ਨਹੀਂ ਕਾਂਗਰਸ ਹੀ ਸਾਰੇ ਝੂਠ ਦੇ ਮਾਹਰ ਨੇ। ਅਤੇ ਬੀਬੀ ਜੀ ਹੈ ਜੀ, CM ਸਾਹਿਬ ਨੂੰ ਵੀ ਨਹੀਂ ਸੀ ਬੀਬੀ ਜੀ ਦੇ ਝੂਠ 'ਤੇ ਸਿਆਹੀ ਪਾਉਣੀ ਚਾਹੀਦੀ, ਹੁਣ ਸਹੀ ਪਾਉਣੀ ਚਾਹੀਦੀ, ਕਿਉਂਕਿ ਇਹ ਤਾਂ ਹੁਣ ਖਨੌਰੀ ਵਿੱਚ ਲੱਗਿਆ ਪੱਥਰ ਇਸ ਗੱਲ ਦਾ ਗਵਾਹ, ਜਿਹਨਾਂ ਲੋਕਾਂ ਦੀ ਜ਼ਮੀਨ ਅਕੁਆਇਰ ਹੋਈ, ਤੁਸੀਂ ਇਲਾਕੇ ਵਾਲੇ ਬੈਠੇ ਹੋ, ਤੁਸੀਂ ਦੱਸ ਦਿਓ ਰਿਕਾਰਡ ਦੀ ਗੱਲ ਹੋਏਗੀ ਵੀ ਜ਼ਮੀਨਾਂ ਕਦੋਂ ਅਕੁਆਇਰ ਹੋਈਆਂ ਸੀ।
ਜ਼ਮੀਨਾਂ ਅਕੁਆਇਰ ਅਸੀਂ ਕੀਤੀਆਂ, ਪੈਸਾ ਅਸੀਂ ਦਿੱਤਾ, ਜਿਨ੍ਹਾਂ ਨੇ ਬੰਨ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਟਰੈਕਟਰ ਲਾ ਕੇ ਹੀ ਬੰਨ ਲਵਾਇਆ ਸੀ ਇਹ, ਜਿਨ੍ਹਾਂ ਦੇ ਟਰੈਕਟਰ ਚੱਲੇ ਉਹਨਾਂ ਦੀ ਗਵਾਹੀ ਪ੍ਰੈਸ ਵਾਲੇ ਲੈ ਸਕਦੇ ਨੇ ਵੀ ਟਰੈਕਟਰ ਕਦੋਂ ਚੱਲੇ ਸੀ, ਮੁਆਵਜ਼ਾ ਕਦੋਂ ਮਿਲਿਆ ਸੀ, ਖਨੌੜੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਜਿਹੜਾ ਪਹਿਲਾ ਫੇਜ਼ ਆ 20 ਕਿਲੋਮੀਟਰ ਦਾ, ਇਹ 22 ਕਿਲੋਮੀਟਰ ਦਾ ਬਾਦਲ ਸਾਹਿਬ ਦੇ ਟਾਈਮ ਅਸੀਂ, ਮੈਂ ਉਦੋਂ ਇੱਥੇ ਇੰਚਾਰਜ ਸੀ ਹਲਕੇ ਦਾ, ਉਦੋਂ ਮੈਂ ਕਰਵਾਇਆ ਸੀ, ਔਰ 137 ਕਰੋੜ ਦਾ ਪ੍ਰੋਜੈਕਟ ਸੀ ਇਹ। ਜੇ ਮਾੜਾ ਮੋਟਾ ਵੀ ਕਾਂਗਰਸੀ ਪੰਜਾਬ ਦੇ ਹਿੰਮਤ ਕਰਦੇ, ਉਸ ਸਮੇਂ ਮੁੱਖ ਮੰਤਰੀ ਹਰਿਆਣਾ ਜੋ ਕਾਂਗਰਸ ਦੇ ਸੀਗੇ ਉਹਨਾਂ ਤੋਂ ਦਬਾਅ ਪਾ ਕੇ, ਅਸਰ ਪਾ ਕੇ ਇਹ ਸਟੇ ਤੜਵਾ ਸਕਦੇ ਸੀ। ਅੱਜ ਇਹ ਨੁਕਸਾਨ ਨਾ ਹੁੰਦਾ ਜੇ ਕਾਂਗਰਸੀ ਮਾੜਾ ਮੋਟਾ ਵੀ ਇਹਨਾਂ ਨੂੰ ਦਿਲਚਸਪੀ ਹੁੰਦੀ। ਹੁਣ ਦੁੱਖ ਇਸ ਗੱਲ ਦਾ, ਝੂਠ ਵੀ ਬੋਲਦੇ ਨੇ, ਰਾਜਸੀ ਰੋਟੀਆਂ ਵੀ ਸੇਕਦੇ ਨੇ, ਫਾਇਦਾ ਵੀ ਲੈਣਾ ਚਾਹੁੰਦੇ ਨੇ, ਅਤੇ ਦੁੱਖ ਤਾਂ ਇਸੇ ਗੱਲ ਦਾ ਹੁੰਦਾ। ਅਤੇ ਹੁਣ ਜਿਹੜਾ ਇਹ ਕਰ ਸਕਦੇ ਉਹ ਤਾਂ ਕਰ ਦਿੰਦੇ, ਹੁਣ ਕਿਸੇ ਅਧਿਕਾਰੀ ਨੂੰ ਲਿਆਣ ਕੇ 5 ਰੁਪਏ ਦੀ ਇੱਕ ਟਰਾਲੀ ਚਾਰੇ ਦੀ ਨਹੀਂ ਕਿਸੇ ਘਰ ਪਹੁੰਚਾ ਸਕੇ। ਹੋਰ ਤਾਂ ਹੋਰ ਜਿਹੜੇ 2006 ਦੇ ਵਿੱਚ ਕਿਸਾਨਾਂ ਦੀ ਜਿਹੜੀ ਅਕਵਾਇਰਮੈਂਟ ਹੋਈ ਸੀ ਜੀ, ਉਹਦੇ ਜਿਹੜੇ ਚੈੱਕ ਨੇ ਹਾਲੇ ਤੱਕ ਮਿਲੇ ਨੇ, ਜਿਹੜਾ ਪ੍ਰਸ਼ਾਸਨ ਹੈ ਜਿਹੜਾ ਇੱਥੇ ਦਾ SDM ਹੈ ਉਹ ਜਾਂ ਤਾਂ ਰਿਸ਼ਵਤ ਪਾਲਦਾ ਜਾਂ ਬੀਬੀ ਜੀ ਦਾ ਫੋਨ ਪਾਲਦਾ। ਦੇਖੋ ਇਹ ਮੈਂ ਅੱਜ ਨਵੀਂ ਗੱਲ ਸੁਣੀ ਆ, ਮੈਂ ਅੱਜ ਸਨੌਰ ਹਲਕੇ ਜਾ ਕੇ ਆਇਆ, ਘਨੌਰ ਹਲਕੇ ਜਾ ਕੇ ਆਇਆ, ਇੱਥੇ ਵੀ ਤੁਸੀਂ ਹੁਣ ਨਵੀਂ ਗੱਲ ਦੱਸਤੀ ਮੋਣਕ ਦੇ ਵਿੱਚ, ਵੀ ਪਹਿਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ ਇਹ ਪਾਰਟੀ, ਜਿਹੜੀ ਖਰਾਬੇ ਦਾ ਨੁਕਸਾਨ ਵੀ ਕਾਂਗਰਸੀਆਂ ਨੂੰ ਦਿੰਦੇ, ਅਕਾਲੀਆਂ ਨੂੰ ਦਿੰਦੇ ਹੀ ਨਹੀਂ, ਦੂਜੀ ਪਾਰਟੀ ਦੇ ਨੂੰ ਦਿੰਦੇ ਨਹੀਂ ਹੈ। ਇਹ ਪਹਿਲੀ ਵਾਰੀ ਹੈ ਜਦੋਂ ਐਡਾ ਪੱਖਪਾਤ ਮੁਆਵਜ਼ਾ ਦੇਣ ਵਿੱਚ ਵੀ ਕੋਈ ਸਰਕਾਰੀ ਧਿਰ ਕਰ ਰਹੀ ਹੋਵੇ, ਪਿਛਲੇ ਕਈ ਵਰਸਾਂ ਦਾ ਮੁਆਵਜ਼ਾ ਜਿਹੜਾ ਪਿਆ ਉਹ ਵੀ ਦੇਣ ਨੂੰ ਨਹੀਂ ਤਿਆਰ ਹੈ, 2 ਸਾਲਾਂ ਦਾ ਰੁਕਿਆ ਪਿਆ। ਅਤੇ ਮੈਂ ਸਮਝਦਾ ਕਿ ਇਹੀ ਜਾਤੀ ਹੈ, ਇਹੀ ਵਿਤਕਰਾ, ਇਹ ਸਾਰੀਆਂ ਗੱਲਾਂ ਤਾਂ ਪੰਜਾਬ ਸਰਕਾਰ ਲੈਵਲ ਦੀਆਂ ਹਨ ਹੀ ਹਨ, ਜਿਹੜੀਆਂ ਕੇਂਦਰ ਲੈਵਲ 'ਤੇ ਹੈ। ਅਸੀਂ ਚਾਹਾਂਗੇ ਵੀ ਇਹਦਾ ਕੋਈ, ਜਿਵੇਂ ਅਸੀਂ ਵਾਟਰ ਰੀਚਾਰਜਿੰਗ ਲਈ ਇੱਥੇ ਚਾਂਦੂ ਲਾਇਆ ਸੀ, ਕੁਛ ਇੱਥੇ ਸੁਰਜਣ ਭੈਣੀ ਵੀ ਲਾਏ ਸੀ, ਤਾਂ ਕਿ ਪਾਣੀ ਜਿਹੜਾ ਰੁਕ ਜਾਂਦਾ ਉਹ ਮਤਲਬ ਉਸ ਤਰ੍ਹਾਂ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਯੂਨਿਟ ਵੀ ਲੱਗਣ ਇੱਥੇ, ਤਾਂ ਕਿ ਲੋਕਾਂ ਨੂੰ ਪੱਕੇ ਤੌਰ 'ਤੇ ਘੱਗਰ ਦੀ ਮਾਰ ਤੋਂ ਬਚਾਇਆ ਜਾਵੇ। ਅੱਜ ਮੈਂ ਸਿਰਫ ਪ੍ਰੈਕਟੀਕਲ ਤੌਰ 'ਤੇ ਵਿਜ਼ਿਟ ਕਰਨ ਲਈ ਆਇਆ ਸੀ, ਤਾਂ ਕਿ ਕੱਲ੍ਹ ਨੂੰ ਲੋਕਾਂ ਦੇ ਸੁਝਾਅ ਸੁਣ ਕੇ ਅਸੀਂ ਉੱਥੇ ਦੱਸ ਸਕੀਏ। ਇੱਥੋਂ ਵੀ ਅਸੀਂ ਆਪਣੇ ਨੁਮਾਇੰਦਿਆਂ ਨੂੰ, ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਗਏ ਹੋਏ ਨੇ ਬਾਹਰ, ਇੱਥੋਂ ਮੈਂ 2-3 ਨੁਮਾਇੰਦਿਆਂ ਨੂੰ ਅਕਾਲੀ ਦਲ ਨੂੰ BJP ਦੇ ਨੂੰ ਲੈ ਕੇ ਜਾਊਂਗਾ। ਪੰਜਾਬ ਸਰਕਾਰ ਨੇ 24 ਘੰਟਿਆਂ ਦਾ 2 ਦਿਨਾਂ ਦਾ ਉਹ ਕਰਿਆ ਵੀ ਬਾਰਿਸ਼ ਬਹੁਤ ਜ਼ਿਆਦਾ ਹੋਣੀ, ਡੀਸੀਆਂ ਨੂੰ ਐਲਾਨ ਕੀਤਾ, ਕੀ ਸਮਝਦੇ ਤੁਸੀਂ ਵੀ ਇਹਨਾਂ ਦਾ ਜਿਹੜਾ ਪ੍ਰਸ਼ਾਸਨਿਕ ਕੰਮ ਹੈਗਾ ਉਹ ਸਹੀ ਨਹੀਂ ਹੈਗਾ ਵੀ ਤਾਂ ਹੀ ਪ੍ਰਬੰਧ ਹਜੇ ਵੀ ਮੁਕੰਮਲ ਲੈ ਕੇ ਅਣਗਹਿਲੀ ਦਿਖਾਈ ਜਾ ਰਹੀ ਹੈ ਜੀ, ਕਿਉਂਕਿ ਬਠਿੰਡੇ ਦੇ ਵਿੱਚ ਬਹੁਤ ਜ਼ਿਆਦਾ। ਦੇਖੋ ਗੱਲ ਇਹ ਆ ਵੀ ਕਿੰਨਾ ਖਰਾਬਾ ਹੋ ਗਿਆ, ਬੰਨ ਟੁੱਟ ਲਏ, ਬੰਨ ਪਲੱਗ ਵੀ ਕਰ ਲਏ, ਅਤੇ ਅਜੇ ਅਧਿਕਾਰੀਆਂ ਨੂੰ ਹੁਣ ਸੁਚੇਤ ਕਰਨ ਦੀ ਗੱਲ ਕਰ ਰਹੇ ਨੇ। ਇਹੀ ਤਾਂ ਗੱਲ ਹੈ ਨਾ ਵੀ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟ ਰਹੇ ਨੇ, ਇਹੀ ਲਾਪਰਵਾਹੀ ਅਤੇ ਗੈਰ ਸੰਜੀਦਗੀ ਦੀਆਂ ਨਿਸ਼ਾਨੀਆਂ ਨੇ ਕਿ 10 ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਰੌਣ ਲਾਇਆ ਹੋਵੇ। ਜਦੋਂ 4 ਦਿਨ ਹੋ ਗਏ ਸੀ ਹੜ੍ਹਾਂ ਨਾਲ ਤਬਾਹੀ ਮੱਚ ਗਈ ਸੀ, ਉਦੋਂ ਮੁੱਖ ਮੰਤਰੀ ਸਾਹਿਬ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਸੀ। ਹੁਣ ਕਿੰਨੀ ਦੇਰ ਦਾ ਲੋਕ ਕਹਿ ਰਹੇ ਨੇ ਵੀ 25-26 ਨੂੰ ਬਾਰਿਸ਼ ਹੋ ਰਹੀ ਆ, ਹਦਾਇਤਾਂ ਅੱਜ ਕਰ ਰਹੇ ਨੇ ਚੌਕਸ ਰਹਿਣ ਦੀਆਂ, ਸੋ ਇਹਦਾ ਮਤਲਬ ਚੌਕਸ ਹੈ ਨਹੀਂ ਪ੍ਰਸ਼ਾਸਨ, ਇਹਦੇ ਰਿਜ਼ਲਟ ਤਾਂ ਇਹੀ ਨਿਕਲਿਆ ਨਾ ਵੀ ਅਜੇ ਤੱਕ ਚੌਕਸ ਨਹੀਂ ਹੈ ਜੇ ਪ੍ਰਸ਼ਾਸਨ, ਅਤੇ ਫਿਰ ਉਹ ਹੁਣ ਚੌਕਸ ਹੋ ਕੇ ਕੀ ਕਰੇਗਾ।